27 अक्टूबर नूं फिल्म आ रही है जी, तो सारे जने सिनेमाघरां दे विच जाके देखियो। तो तुसीं अपनी एक फिल्म नहीं हैगी, तुसीं अपनी रियल आले दुआले दियां, तुसीं फिल्म नाल इन्ना कनैक्ट हो जाओगे कि तुहानूं पता ही लगना फिल्म देख रहे हो। टीज़र देखिया उहदे विच तुहाडा जिहड़ा रोल है वह इन्ना खास दिखिया नहीं, एक्चुअल तुहाडा रोल है कि एक बारी जरूर दसो। तुसीं सीन कुछ इस किस्म दे ने विच कि वह मैं फिल्म चाहूँगा कि देखण तों ही पता लगेगा कि की ने। ਇੱਥੇ ਇੱਥੇ ਤਾਂ ਨਹੀਂ ਕੋਈ ਨਸ਼ਾ ਪੱਤਾ ਵਿਕਦਾ ਇੱਥੇ? ਨਹੀਂ, ਇਹ ਫਿਲਮ ਦੇ ਡਾਇਲੋਗ ਆ, ਇਹ ਮੈਂ ਤੁਹਾਨੂੰ ਸੁਣਾ ਤੇ। ਤੁਸੀਂ ਨਿੰਜਾ ਸਰ ਦੇ ਨਾਲ ਜਿਹੜਾ ਕੰਮ ਕੀਤਾ ਇੱਥੇ, ਕਿੱਦਾਂ ਦਾ ਲੱਗਿਆ ਉਹਨਾਂ ਨਾਲ ਕੰਮ ਕਰਕੇ, ਉਹਨਾਂ ਦਾ ਨੇਚਰ ਕਿੱਦਾਂ ਦਾ ਹੈ? ਬਹੁਤ ਵਧੀਆ ਸੀ, ਬਾਈ ਨਾਲ ਤਾਂ ਕੈਮਿਸਟਰੀ ਮਤਲਬ ਪਹਿਲੇ ਦੂਜੇ ਦਿਨ ਬਹੁਤ ਵਧੀਆ ਬਣ ਗਈ ਸੀ। ਕਰਨ ਕੋਈ ਇੱਦਾਂ ਦਾ ਜਿਹੜਾ ਕੋਈ ਤੁਹਾਨੂੰ ਸੀਨ ਜਿਹੜਾ ਯਾਦ ਹੋਵੇ, ਮਤਲਬ ਆਫ ਦੀ ਕੈਮਰਾ ਜਿਹੜਾ ਤੁਹਾਡਾ ਹੋਇਆ ਹੋਵੇ, ਕਿਤੇ ਬੈਠੇ ਹੋ ਕੁਛ ਡਿਸਕਸ ਕਰ ਰਹੇ ਹੋ ਅਤੇ ਕੋਈ ਗੱਲ ਇਹੋ ਜਿਹੀ ਹੋ ਗਈ ਜਿਹੜੀ ਤੁਹਾਨੂੰ ਹਮੇਸ਼ਾ ਮਤਲਬ ਯਾਦ ਰਹੂਗੀ, ਕੋਈ ਇੱਦਾਂ ਦੀ ਕੋਈ? ਇਸ ਫਿਲਮ ਨਾਲ ਜੁੜੀ ਬਹੁਤ ਸਾਰੀਆਂ ਗੱਲਾਂ ਨੇ, ਪਰ ਸਭ ਤੋਂ ਯਾਦ ਰਹਿਣ ਵਾਲੀ ਗੱਲ ਹੋਈ ਹੈ ਕਿ ਇੱਕ ਸੀਨ ਸੀ, ਲਾਈਕ ਉਹ ਥੋੜ੍ਹਾ ਜਿਹਾ ਅਸੀਂ ਚਾਰ ਜਣੇ ਸੀ, ਗੱਡੀ ਸਕੋਰਪੀਓ ਗੱਡੀ ਸੀ, ਤੁਸੀਂ ਟੀਜ਼ਰ 'ਚ ਦੇਖਿਆ ਇਹ 'ਚ ਟੀਜ਼ਰ 'ਚ ਵੀ ਉਹ ਗਾਣੇ 'ਚ ਵੀ ਸੀ, ਉਹ ਰੀਅਲ ਲਿਆ ਹੋਇਆ। ਉਹ ਮੁੰਡਾ ਚਲਾ ਰਿਹਾ ਸੀ, ਉਹਨੇ ਇੱਕੋ ਲਖਤ ਕਲੱਚ ਛੱਡਤਾ ਅਤੇ ਥੋੜ੍ਹਾ ਥੋੜ੍ਹਾ ਜਾਣਾ ਸੀ, ਅਤੇ ਗੱਡੀ ਬਹੁਤ ਜ਼ਿਆਦਾ ਅਨਕੰਟਰੋਲ ਹੋ ਗਿਆ ਸਿਸਟਮ ਅਤੇ, ਪਰ ਉੱਥੇ ਸ਼ੂਟ ਦੌਰਾਨ ਵੀ ਇਹ ਚੀਜ਼ ਸਾਰੇ ਡਰ ਜੇ ਵੀ ਗਏ ਸੀ ਵੀ ਚਲੋ ਨੁਕਸਾਨ ਹੋ ਗਿਆ ਜਾਂ ਇਹ ਚੀਜ਼ਾਂ ਹੋ ਗਈਆਂ, ਉਹ ਸਕੋਰਪੀਓ ਜੀ ਮੁੜ ਕੇ ਠੀਕ ਵੀ ਨਹੀਂ ਹੋਈ। ਅਤੇ ਫਿਰ ਬਾਈ ਨੇ ਉਹਨੂੰ ਜਿਹੜਾ ਡਰਾਈਵਰ ਸੀ ਮੁੰਡਾ ਚਲਾ ਰਿਹਾ ਸੀ ਅਤੇ ਉਹਨੂੰ ਗਾਲਾਂ ਵੀ ਦਿੱਤੀਆਂ, ਉਹ ਤਾਂ ਹਜੇ ਸ਼ੁਰੂ ਸ਼ੁਰੂ 'ਚ ਇੰਡਸਟਰੀ 'ਚ ਪੈਰ ਰੱਖਿਆ ਸੀ, ਉਹ ਕਹਿੰਦਾ ਜੇ ਇਹਦੇ ਚਿਹਰੇ ਚੁਹਰੇ ਨੂੰ ਕੁਛ ਹੋ ਜਾਂਦਾ ਤੇਰਾ ਤਾਂ ਗਿਆ ਦੀ ਕੰਮ। ਕਿੱਦਾਂ ਦੇਖਦੇ ਹੋ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਲੈਵਲ 'ਤੇ ਜਾ ਸਕਦੀ ਪੰਜਾਬੀ ਇੰਡਸਟਰੀ? ਹੌਲੀ ਹੌਲੀ ਹੁਣ ਬਹੁਤ ਸਾਰੇ ਚੀਜ਼ਾਂ ਕ੍ਰੀਏਟਿਵ ਹੋਣ ਲੱਗ ਗਈਆਂ, ਵੀ ਡਾਇਰੈਕਟਰਸ ਕ੍ਰੀਏਟਿਵ ਹੋਣ ਲੱਗ ਗਏ, ਰਾਈਟਰਸ ਮਤਲਬ ਐਕਟਿੰਗ ਦੇ ਵਿੱਚ ਵੀ ਕਿੰਨੀ ਵੈਸੇ, ਤਾਂ ਉਮੀਦ ਆ ਪੰਜਾਬੀ ਇੰਡਸਟਰੀ ਵੀ ਆਪਣੀ ਸਾਊਥ ਨੂੰ ਤਾਂ ਟੱਕਰ ਲੱਗ ਗਈ ਦੇਣ, ਬੋਲੀਵੁੱਡ ਨੂੰ ਤਾਂ ਟੱਟ ਕਰੋਸ ਕਰ ਗਈ। ਜਿਵੇਂ ਹੁਣ ਆਪਾਂ ਬੋਲੀਵੁੱਡ ਵਾਲੇ ਪਹਿਲਾਂ ਇਹ ਤੋਂ ਡਰਦੇ ਸੀ ਆਪਣੇ ਸਾਊਥ ਵਾਲੇ ਤੋਂ, ਹੁਣ ਪੰਜਾਬੀ ਵਾਲੇ ਤੋਂ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਪੈ ਗਿਆ ਭੈ ਜਾ ਵੀ ਫਲਾਣੀ ਪੰਜਾਬੀ ਫਿਲਮ ਲੱਗੀ ਆ, ਆਪਾਂ ਡੇਟਾਂ ਉਹਨਾਂ ਪਰਾਂ ਕਰ ਲਈ, ਹੁਣ ਵਧੀਆ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ। ਕਹਿੰਦੇ ਕਈ ਵਾਰੀ ਜ਼ਿੰਦਗੀ ਅਜਿਹੀਆਂ ਚੀਜ਼ਾਂ ਸਿਖਾ ਜਾਂਦੀ ਹੈ ਜਿਹੜੇ ਕਿ ਵੱਡੇ ਵੱਡੇ ਟੀਚਰ ਜਾਂ ਵੱਡੇ ਵੱਡੇ ਜਿਹੜੇ ਗੁਣਵਾਨ ਲੋਕ ਨੇ ਉਹਨਾਂ ਕੋਲ ਵੀ ਨਹੀਂ ਹੁੰਦੀਆਂ, ਅਤੇ ਇੱਦਾਂ ਹੀ ਜ਼ਿੰਦਗੀ ਜਿਹੜੀ ਹੈ ਉਸ ਜ਼ਿੰਦਗੀ ਨੂੰ ਸਲਾਮ ਹੈ, ਉਹ ਜ਼ਿੰਦਗੀ ਜ਼ਿੰਦਾਬਾਦ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫਿਲਮ ਦੀ ਆਉਣ ਵਾਲੀ ਜਿਹੜੀ ਹੈ ਜ਼ਿੰਦਗੀ ਜ਼ਿੰਦਾਬਾਦ। ਕੀ ਫਿਲਮ ਹੈ ਉਹ? ਫਿਲਮ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਇੱਕ ਸਿਨੈਰੀਓ ਨੂੰ ਦਰਸਾਉਂਦੀ ਹੈ? ਅੱਜ ਸਾਡੇ ਨਾਲ ਉਸੇ ਫਿਲਮ ਦੇ ਵਿੱਚੋਂ ਕੁਝ ਅਦਾਕਾਰ ਜਿਹੜੇ ਮੌਜੂਦ ਨੇ, ਅਸੀਂ ਤੁਹਾਨੂੰ ਮਿਲਵਾਵਾਂਗੇ ਉਹਨਾਂ ਦੇ ਨਾਲ ਅਤੇ ਗੱਲਬਾਤ ਕਰਾਂਗੇ ਮੂਵੀ ਬਾਰੇ ਕਿ ਕੀ ਉਸ ਮੂਵੀ ਦੇ ਵਿੱਚ ਜਿਹੜਾ ਹੈ ਉਹ ਸਿਨੈਰੀਓ ਹੈ ਅਤੇ ਉਹ ਮੂਵੀ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਕਿੱਦਾਂ ਰੀਪ੍ਰਜੈਂਟ ਕਰਦੀ ਹੈ। ਸਾਡੇ ਨਾਲ ਅੰਮ੍ਰਿਤਪਾਲ ਐਮ ਬੀ ਜੀ ਮੌਜੂਦ ਨੇ, ਸਵਾਗਤ ਹੈ ਸਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਸਾਡੇ ਨਾਲ ਸੈਮੂਅਲ ਜੌਨ ਜੀ ਨੇ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜ਼ਿੰਦਗੀ ਜ਼ਿੰਦਾਬਾਦ ਜਿਹੜੀ ਮੂਵੀ ਹੈ ਇੱਕ, ਇਹ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕਿਸ ਤਰੀਕੇ ਨਾਲ ਰੀਪ੍ਰਜੈਂਟ ਕਰਦੀ ਹੈ? ਇਹ ਜਿਹੜੀ ਫਿਲਮ ਹੈ ਨਾ, ਇਹ ਜਿਹੜੇ ਸਾਡੇ ਕੁਛ ਰੀਅਲ ਸਟੋਰੀ ਹੈ, ਮਿੰਟੂ ਗੁਰੂਸਰੀਆ ਉਹਦੀ ਜ਼ਿੰਦਗੀ ਨਾਲ, ਉਹਦੇ ਦੋਸਤਾਂ ਮਿੱਤਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ। ਅਤੇ ਉਹ ਕੁਝ ਜ਼ਿੰਦਗੀਆਂ ਐਸੀਆਂ ਵੀ ਹੁੰਦੀਆਂ ਨੇ ਕਿ ਗਲਤ ਰਸਤੇ ਅਖਤਿਆਰ ਕਰ ਦਿੰਦੀਆਂ, ਜਦੋਂ ਮੋੜੇ ਲੈ ਲੈਂਦੀਆਂ ਜ਼ਿੰਦਗੀ ਜਿਉਣ ਵੱਲ, ਤਾਂ ਫਿਰ ਜ਼ਿੰਦਾਬਾਦ ਕਹਿਣ ਨੂੰ ਜੀ ਕਰਦਾ। ਇਹੋ ਜਿਹਾ ਕੁਛ ਇਹ ਫਿਲਮ 'ਚ ਹੈ। ਸਰ, ਦੇਖਣ 'ਚ ਆਇਆ ਕਿ ਜਿਹੜੇ ਮੇਨ ਜਿਹੜੇ ਲੀਡ ਰੋਲ ਨੇ, ਪੰਜ ਕਰੈਕਟਰ ਨੇ, ਉਹਨਾਂ ਦੇ ਵਿੱਚੋਂ ਤੁਹਾਡਾ ਜਿਹੜਾ ਰੋਲ ਹੈਗਾ, ਤਾਂ ਕਿਸ ਤਰੀਕੇ ਨਾਲ ਜਿਹੜਾ ਦੇਖਦੇ ਹੋ ਕਿ ਇੱਕ ਜਿਹੜੇ ਨੋਰਮਲ ਇਨਸਾਨ, ਇੱਕ ਜਿਹੜਾ ਬੰਦਾ ਜਿਹੜਾ ਹੈ ਉਹ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ 'ਚ ਫਸ ਜਾਂਦਾ, ਸਿੱਧਾ ਸਿੱਧਾ ਕਈ ਤਾਂ ਨਸ਼ਿਆਂ 'ਚ ਫਸ ਜਾਂਦਾ, ਤਾਂ ਕਿੱਦਾਂ ਉੱਥੋਂ ਨਿਕਲਦਾ ਫਿਰ, ਉਹ ਚੀਜ਼ ਕਿੱਦਾਂ ਦੇਖਦੇ ਹੋ ਤੁਸੀਂ? ਇਸੇ ਦੇ ਆਧਾਰ 'ਤੇ ਫਿਲਮ ਹੈਗੀ ਹੈ ਜ਼ਿੰਦਗੀ ਜ਼ਿੰਦਾਬਾਦ। ਜਿਵੇਂ ਮਿੰਟੂ ਬਾਈ ਦੀ ਜਿਹੜੀ ਲਾਈਫ ਹੈ, ਅਤੇ ਉਹਨਾਂ ਨਾਲ ਜਿਹੜੇ ਦੋਸਤ ਸੀ, ਜਾਂ ਲਾਈਕ ਜੱਗਾ ਬੋਕਸਰ, ਇੱਕ ਛਿੰਦਾ ਸੀ ਉਹਨਾਂ ਦਾ, ਜਿਹਦਾ ਮੈਂ ਕਰੈਕਟਰ ਕੀਤਾ, ਅਤੇ ਮੈਂ ਉਹਨਾਂ ਨੂੰ ਮਤਲਬ ਉਹਨਾਂ ਦੀ ਲਾਈਫ ਹਿਸਟਰੀ ਸੁਣੀ ਜਾਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ, ਔਨ ਸੈੱਟ ਵੀ ਆਉਂਦੇ ਰਹਿੰਦੇ ਸੀ, ਓਬਜ਼ਰਵ ਕੀਤਾ ਵੀ ਉਹਨਾਂ ਦੀ ਕੀ ਲਾਈਫ ਸੀ, ਜਾਂ ਬਹੁਤ ਸਾਰੇ ਐਸੇ ਫੇਜ਼ ਸੀ ਜਿੱਥੇ ਉਹ ਬਹੁਤ ਡੀਪ ਚਲੇ ਗਏ ਸੀ, ਮਤਲਬ ਜੋ ਦੱਸ ਰਹੇ ਸੀ, ਅਤੇ ਇੱਦਾਂ ਗੂਸ ਪੰਪਸ ਖੜ੍ਹੇ ਹੁੰਦੇ ਨੇ ਵੀ ਬੰਦਾ ਵੀ ਐਸੀ ਸਟੇਜ 'ਤੇ ਪਹੁੰਚ ਜਾਂਦਾ ਵੀ ਆਪਾਂ ਇੱਥੋਂ ਵਾਪਸ ਕਿੱਦਾਂ ਮੁੜੀਏ, ਵਾਪਸ ਮੁੜਨਾ ਵੀ ਚਾਹੁੰਦਾ ਹੁੰਦਾ ਪਰ ਉਹ ਐਸੀ ਦਲਦਲ ਹੈ ਵੀ ਕੋਈ ਹਿੱਲਾ ਨਹੀਂ, ਰਾਹ ਨਹੀਂ ਲੱਭਦਾ, ਪਰ ਉਹ ਬੰਦਿਆਂ ਦਾ ਜਿਹੜਾ ਇਸ ਦੌਰਾਨ ਉਹ ਫੇਜ਼ ਦੇ ਵਿੱਚ ਕਿਹੜਾ ਟਾਈਮ ਸੀ, ਕਿਹੜੀ ਕੋਈ ਉਹਨਾਂ ਨੂੰ ਗੱਲ ਪਿੰਚ ਕੀਤੀ ਆ, ਕੀ ਐਸਾ ਉਹ ਸੀ ਜਿੱਥੋਂ ਵਾਪਸ ਮੁੜੇ, ਤਾਂ ਉਹ ਇੱਕ ਇੰਸਪਾਇਰਿੰਗ ਚੀਜ਼ ਹੈਗੀ ਉਹਨਾਂ ਦੀ ਲਾਈਫ ਦੀ, ਤਾਂ ਉਸ ਦੇ ਆਧਾਰ 'ਤੇ ਇਹ ਫਿਲਮ ਬਣੀ ਹੈ।
जे गल करिए तो जो पुराने प्रोजेक्ट्स ने जिन्हां दे विच जिवें यार जिगदी कसूती डिग्री जिहड़ी हैगी वड्डा प्रोजेक्ट है एक तुसीं अक्सर ही जिहड़ा है ना इदां दे रोल दे विच ही देखदे हो कि नशेड़ी दा रोल हो गया या इदां दा हो गया तो इस मूवी दे विच भी उदां दा ही तुहाडा रोल है तो की कहना चाहते हो जिहड़े असल जिंदगी दे विच जिहड़े इदां दे लोक जिहड़े हुंदे नेगे पर छड्डना चाहते ने इस चीज़ नूं नहीं छड्ड पाते उन्हां नूं की कहना चाहोगे एक्चुअली उस ते आधारित ही फिल्म है इंस्पायरिंग क्योंकि बहुत लोग मैं तुम दस देना भी एक ऐसी दलदल उस चीज़ से जो डीप चले जाते हैं या शुरुआत आप कर देना कोई शौक लिए कर दाँगा या कोई किसी पिछले लाके कर दाँ हासियाँ खेडियाँ आप देख देख करके वो बंदा जो डीप चले उन्होंने पता भी नहीं लगता वो कदों बहुत डीप चला गया उस चीज़ भी इतों का मुड़ना ही बहुत औखा हूँ तो बहुत सारे एग्जाम्पल्स ने लाइक हूँ इस स्टोरी के मिंटू बई या जग्गा बई या छिंदा अज भी वो जौंदे जागते किरदार ने तो उन्होंने लाइफ एक इंस्पायरिंग है तो वो किमें मुड़े ने भी वो चीज़ वो टाइमिंग है हुण मुड़ना हरेक बंदे नूं सही गलत का पता हुंदा भी मैं चीज़ गलत है पर वो तो बिना रह नहीं सकते या वो चीज़ों तो डीप इन्ना चले जाते हैं कि निकलना ही बहुत मुश्किल है चले तो जाते निकलना औखा है तो उस चीज़ नूं ही एक स्नेह है एक मैसेज है एक इंस्पायरिंग मूवमेंट्स ने भी वो रियलिस्टिक एक स्टोरी है ट्रू इवेंट्स ते है भी वो मैं लगता ऑडियंस लिए एक बहुत इंस्पायरिंग फिल्म होगी ਤੁਹਾਡੇ ਲਈ ਇਸ ਇੱਕ ਰੋਲ ਦੇ ਵਿੱਚ ਜਿਹੜਾ ਹੈ ਉਸ ਆਪਣੇ ਆਪ ਨੂੰ ਢਾਲਣਾ ਕਿੰਨਾ ਔਖਾ ਸੀ ਲਾਈਕ ਮੈਂ ਜਿੱਦਾਂ ਲਾਲੀ ਦਾ ਕਰੈਕਟਰ ਸੀ ਉਸ ਤੋਂ ਹੀ ਮੈਨੂੰ ਇਹ ਜ਼ਿੰਦਗੀ ਜ਼ਿੰਦਾਬਾਦ ਉਹ ਕਰੈਕਟਰ ਤੋਂ ਦੇਖ ਕੇ ਸ਼ਾਇਦ ਮੈਨੂੰ ਇੱਕ ਫਿਲਮ ਮਿਲੀ ਤਾਂ ਜਦੋਂ ਇਹਨਾਂ ਨੇ ਦੱਸਿਆ ਮੈਨੂੰ ਲੱਗਿਆ ਵੀ ਸਿਮਿਲਰ ਹੈ ਪਰ ਉਹ ਇਹ ਸਿਮਿਲਰ ਨਹੀਂ ਹੈਗਾ ਇੱਕ ਜਸਟ ਇੱਕ ਐਲੀਮੈਂਟ ਹੈ ਉਹਦੇ ਨਸ਼ਾ ਇੱਕ ਸਿਰਫ ਐਲੀਮੈਂਟ ਹੈ ਉਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤਰਾਸ ਦੀ ਫੈਮਿਲੀ ਦਾ ਸੰਤਾਪ ਉਸ ਬੰਦੇ ਦੇ ਨਾਲ ਜੁੜਿਆ ਹਰ ਰਿਸ਼ਤਾ ਵੀ ਉਹ ਖੁਦ ਤਾਂ ਮਤਲਬ ਉਸ ਦਲਦਲ 'ਚ ਹੈ ਪਰ ਉਹਦੀ ਫੈਮਿਲੀ ਕੀ ਹੰਢਾ ਰਹੀ ਹੈ ਉਹਦੇ ਬੱਚੇ ਉਹਦੀ ਵਾਈਫ ਉਹਦੇ ਮਦਰ ਉਹ ਸਾਰੀਆਂ ਚੀਜ਼ਾਂ ਨੇ ਲਾਈਕ ਵੀ ਹੰਢਾਉਣਾ ਜਾਂ ਮੈਨੂੰ ਲੱਗਦਾ ਵੀ ਜਦੋਂ ਛਿੰਦਾ ਬਾਈ ਨਾਲ ਮੈਂ ਗੱਲ ਕਰ ਰਿਹਾ ਸੀ ਤਾਂ ਉਹਨਾਂ ਦੀ ਲਾਈਫ ਉਹਨਾਂ ਦੀ ਜਿਹੜੀ ਉਹ ਫੇਜ਼ਿਸ ਸਾਰੇ ਸੋਹਣੇ ਤਾਂ ਇੱਕ ਗੂਸ ਬੰਪਸ ਵਾਲੀ ਗਲਤੀ ਸ਼ਾਇਦ ਮੈਂ ਉਹਨਾਂ ਨੂੰ ਅਬਜ਼ਰਵ ਕੀਤਾ ਤਾਂ ਮੇਰੇ ਲਈ ਟਾਸਕ ਸੀ ਇੱਕ ਚੈਲੇਂਜ ਸੀ ਤਾਂ ਹੋਪ ਕਿ ਮੈਂ ਇਸ ਉਹਨਾਂ ਦੇ ਕਿਰਦਾਰ ਨਾਲ ਜਸਟੀਫਾਈ ਕਰ ਪਾਇਆ ਹੋਊਗਾ ਸਰ ਟੀਜ਼ਰ ਦੇਖਿਆ ਉਹਦੇ ਵਿੱਚ ਤੁਹਾਡਾ ਜਿਹੜਾ ਰੋਲ ਹੈ ਉਹ ਇੰਨਾ ਖਾਸ ਦਿਖਿਆ ਨਹੀਂ ਐਕਚੁਅਲ 'ਚ ਤੁਹਾਡਾ ਰੋਲ ਹੈ ਕਿ ਇੱਕ ਵਾਰੀ ਜ਼ਰੂਰ ਦੱਸੋ हाँ मेरा वो कोई बहुत लंबा रोल नहीं है रोल मेरा छोटा ही है हालांकि मेरिया जड़िया पहलिया फिल्मों ने अन्ने कुड़े का दान अद चानी रात वो मेरिया मेन लीड और या सैकंड लीड ते ने यह मैं रोल किया क्यों सवाल तो यह बनता है ना सो ये रोल मैं इसलिए किया कि जो प्रेम है ना इहदा डायरैक्टर है फिल्म का उन्हें मेरे को गल की कि तुहाडे कोल ही करवाउणा है क्योंकि इस करैक्टर लई ना एक कन्विंसिंग पावर की इस किस्म की लोड़ सी सीन कुछ इस किस्म के वो मैं फिल्म चाहूँगा कि देखने तो ही पता लगेगा कि की ने तो वो सीनज नाते एक खास किस्म की ना थोनू समझ की जरूरत है भी यार इस करैक्टर मैं किमें करा तो मेरी कुछ इस किस्म का ज़्यादा चलता रहा मैं ना उलझे ही रहना भी यार फलाने जो पात्र है ये रस की ने मनोविग्ञान की है इस किस्म दीज़ा होंगे ने तो जो मेरे को करैक्टर आया तो करैक्टर दिया मैं तैह देखिया भी ये वो चाह नहीं पीता करैक्टर ना तो हूँ तुम यहोजा चलो मैं हल्का जहा दृश्य दस दया कि जे गुंडे उन्होंने घेर के चाह पिया रहे होके कला घिर जाए तो देखो दे ते की वापरूगा तो पुलिस वाला भी है इस किस्म के दृश्य ने उसके बोल चाल आम जी दिखाई जाती कई बार बहुत उच्ची उच्ची बोलते हैं इतने तो नहीं कोई नशा पत्ता बिकता इतने नहीं फिर तो की डर है जो नहीं बिकता फिर तो की है नहीं ये फिल्म के डायलॉग है ये मैं तुम्हें सुना थी मैं चाह रहा जो पुलिस वाले बहुत सुभाविक तरीके भी गल कर सकते बहुत कन्विंसिंग हो लगे कि सच जी गल है कोई तो हूँ जिम्मे हल्का जहा तजर्बा किया सच जी लगी है ना क्योंकि वो बस आई जी मैं सोचा सी चीज़ा उन्होंने फरोला फराली की जो मैं तो फरोला फराली मैं सीखी यूनिवर्सिटी थिएटर डिपार्टमेंट तो पास आउट हाँ मैं उतों ये भी उतों ही हाँ थिएटर डिपार्टमेंट तो ने तो इस किस्म का जो मैं मैनू बहुत चंगा लगा इस काम करके दो तीन सीन ने बट वो देखोगे एक वक्रा कुछ ना
चंगा लगे थोड़ा चंगा लगा होना हाँ एक रियलिस्टिक जी चीज़ है वो पता ही नहीं लगी कि हाँ कि अपना गल करते करते एक रियलिटी हाँ यही मैं थोड़ा जहाँ करने की कोशिश की इस करके मैं कहना भी 27 अक्टूबर में यह रिलीज होनी है तुम भी अपने दोस्तों मित्रों कह दौ है ना ठीक लगा है ना ठीक लगा क्यों जरूर क्यों सारे जो बाकी देख रहे हैं कैमरामैन भी साथी फाड़े ने जरूर एक बार फिल्म देख लियो जो कमियां पेशियां भी मान लो कि यार भी ठीक नहीं लगियां वो सांझियां भी कीतियां जा सकदियां यार भी इस करैक्टर नूं ऐं भी किया जा सकता उतों भी सीखा जा सकता है क्योंकि एक मनुख है जिहड़ा ना एक्टर कला वह कुछ नहीं हुंदा समाज चों चीज़ां लैंदा तुसी निंजा सर दे नाल जिहड़ा काम कीता इत्थे किद्दां दा लग्गिया उन्हां नाल काम करके उन्हां दा नेचर किद्दां दा है बहुत वधिया सी बाई नाल तां कैमिस्ट्री मतलब पहले दूजे दिन बहुत वधिया बन गई सी उन्हां दा नेचर ते असीं सारे इकट्ठे ही बैठना कल्ली हासे ठट्ठे भी हुंदे कैमिस्ट्री बन जांदी जदों फिर कैमिस्ट्री उस हिसाब नाल बिल्ड हो जांदी तां फिर सिचुएशन कंफर्टेबल हो जांदी तां एक्ट करना भी ईजी हो जांदा तां जदों दी सारे इक दोस्त बन जांदे इक उत्थे पूरी टीम हो जांदी है इक फैमिली बन जांदी सारी फिल्म दी तां वधिया लगदा ईज़ हो जांदा उत्थे कंफर्टेबल सिचुएशन करन कोई इदां दा जिहड़ा कोई तुहानूं सीन जिहड़ा याद होवे मतलब ऑफ दी कैमरा जिहड़ा तुहाडा होया होवे किते बैठे हो कुछ डिस्कस कर रहे हो ते कोई गल इहो जी होगी जिहड़ी जिहड़ी तुहानूं हमेशा मतलब याद रहेगी कोई इदां दी कोई इस फिल्म नाल जुड़ी बहुत सारियां गल्लां ने पर सब तो याद रहने वाली गल हुई है कि एक सीन सी लाइक वो थोड़ा जिहा असीं चार जणे सी गड्डी स्कॉर्पियो गड्डी सी तुसीं टीज़र च देखिया इह च टीज़र च वी उहो गाने च वी सी उहो ਉਹ ਰੀਅਲ ਲਿਆ ਹੋਇਆ ਉਹ ਮੁੰਡਾ ਚਲਾ ਰਿਹਾ ਸੀ ਉਹਨੇ ਇੱਕੋ ਵਕਤ ਕਲੱਚ ਛੱਡਤਾ ਅਤੇ ਥੋੜ੍ਹਾ ਥੋੜ੍ਹਾ ਜਾਣਾ ਸੀ ਅਤੇ ਗੱਡੀ ਬਹੁਤ ਜ਼ਿਆਦਾ ਅਨਕੰਟਰੋਲ ਹੋ ਗਿਆ ਸਿਸਟਮ ਅਤੇ ਰੇਲਵੇ ਟਰੈਕ ਦੇ ਨਾਲ ਜਾ ਰਹੀ ਸੀ ਅਤੇ ਤੁਸੀਂ ਗਾਣੇ ਦੇ ਵਿੱਚ ਦੇਖੋ ਰੀਅਲ ਲਾਇਆ ਹੋਇਆ ਅਤੇ ਉਹ ਅਸੀਂ ਇੱਧਰਲੇ ਪਾਸੇ ਬੈਠੇ ਸੀ ਅਤੇ ਪੂਰਾ ਅਨਕੰਟਰੋਲ ਹੋ ਕੇ ਅਤੇ ਜਦੋਂ ਗੱਡੀ ਦੀ ਲਾਈਨ ਵੱਲ ਨੂੰ ਮੁੜ ਗਈ ਅਤੇ ਉਹ ਕਿੱਕਰ ਸੀ ਅੱਗੇ ਉਹਦੇ 'ਚ ਵੱਜੀ ਤੁਸੀਂ ਲਾ ਲਓ ਸਕੋਰਪੀਓ ਗੱਡੀ ਕਿੱਡੀ ਹੈਵੀ ਹੁੰਦੀ ਹੈ ਉਹ ਪੂਰਾ ਅੰਦਰ ਤੱਕ ਧੱਸ ਗਈ ਅਤੇ ਸਾਰੇ ਏ ਸੀ ਜੇ ਮੇਰੀ ਝੋਲੀ 'ਚ ਆ ਗਈ ਅਤੇ ਉਹ ਕੰਨ 'ਚੋਂ ਖੂਨ ਇੱਧਰੋਂ ਖੂਨ ਅਤੇ ਜੇ ਉੱਧਰੋਂ ਜੇ ਕਿੱਕਰ ਨਾ ਹੁੰਦੀ ਨਾਲ ਟ੍ਰੇਨ ਆ ਗਈ ਤਾਂ ਫਿਰ ਗੱਡੀ ਟ੍ਰੇਨ 'ਤੇ ਮਤਲਬ ਆਪਣੇ ਹੁੰਦੇ ਨਾ ਹੁੰਦੇ ਅੱਜ ਉਹ ਅਤੇ ਉਹਦਾ ਜਨਮ ਏ ਦੂਜਾ ਹੋਇਆ ਅਤੇ ਫਿਰ ਹੋਸਪਿਟਲਾਈਜ਼ ਹੋਏ ਤਾਂ ਸਿਸਟਮ ਉਹ ਮੈਨੂੰ ਬੜਾ ਯਾਦ ਆਉਂਦਾ ਚੀਜ਼ ਅਤੇ ਉਹ ਰੀਅਲ ਏ ਉਹ ਡਰੋਨ ਨਾਲ ਸ਼ੋਟ 'ਤੇ ਉਹ ਰੀਅਲ ਹੈ ਲਾਇਆ ਹੋਇਆ ਉਹ ਤੁਸੀਂ ਦੇਖਿਓ ਗਾਣੇ 'ਚ ਵੀ ਹੈ ਟੀਜ਼ਰ 'ਚ ਵੀ ਹੈ ਇੱਦਾਂ ਦੇ ਇੰਸੀਡੈਂਟ ਜਿਹੜਾ ਹੈ ਇਹ ਮੂਵੀਜ਼ ਦੇ ਵਿੱਚ ਹੁੰਦੇ ਨੇਗੇ ਕਿਤੇ ਨਾ ਕਿਤੇ ਜਿਹੜਾ ਹੈ ਮਤਲਬ ਰੈਗੂਲਰ ਦਾ ਹੀ ਹੁੰਦਾ ਨਾ ਕਿ ਕਿਤੇ ਹੋ ਜਾਂਦਾ ਇੱਦਾਂ ਦੀ ਚੀਜ਼ 'ਤੇ ਇੱਕੋ ਦਮ ਆ ਜਾਂਦੀ ਹੈ ਤਾਂ ਇਹ ਚੀਜ਼ ਜਿਹੜੀ ਹੈ ਮਤਲਬ ਕਿਤੇ ਨਾ ਕਿਤੇ ਇੱਕ ਤਾਂ ਹੁੰਦਾ ਕਿ ਅਸੀਂ ਕਰ ਰਹੇ ਹਾਂ ਐਕਟ ਦੂਜਾ ਜਿਹੜਾ ਰੀਅਲਿਸਟਿਕ ਇੱਦਾਂ ਦੀ ਚੀਜ਼ ਹੋ ਗਈ ਮੇਰੇ ਖਿਆਲ ਨਾਲ ਉਹ ਲੋਕ ਜਿਹੜਾ ਜ਼ਿਆਦਾ ਕਨੈਕਟ ਹੁੰਦੇ ਨੇ ਉਸ ਚੀਜ਼ ਹਾਂਜੀ ਰੀਅਲ ਤਾਂ ਲੋਕ ਕਨੈਕਟ ਕਰ ਲੈਂਦੇ ਨਾ ਤੁਹਾਨੂੰ ਉਸ ਕਿਰਦਾਰ ਨਾਲ ਅਤੇ ਪਰ ਉੱਥੇ ਸ਼ੂਟ ਦੌਰਾਨ ਵੀ ਇਹ ਚੀਜ਼ ਸਾਰੇ ਡਰ ਜੇ ਵੀ ਗਏ ਸੀ ਵੀ ਚਲੋ ਨੁਕਸਾਨ ਹੋ ਗਿਆ ਜਾਂ ਇਹ ਚੀਜ਼ਾਂ ਹੋ ਗਈਆਂ ਉਹ ਸਕੋਰਪੀਓ 'ਚ ਮੁੜ ਕੇ ਠੀਕ ਵੀ ਨਹੀਂ ਹੋਈ ਅਤੇ ਉਹ ਬੜਾ ਮਤਲਬ ਵੀ ਡਰ ਵੀ ਸੀ ਬਹੁਤ ਅਤੇ ਫਿਰ ਬਾਈ ਨੇ ਉਹਨੂੰ ਜਿਹੜਾ ਡਰਾਈਵਰ ਸੀ ਮੁੰਡਾ ਚਲਾ ਰਿਹਾ ਸੀ ਅਤੇ ਉਹਨੂੰ ਗਾਲਾਂ ਵੀ ਦਿੱਤੀਆਂ ਉਹ ਤਾਂ ਹਜੇ ਸ਼ੁਰੂ ਸ਼ੁਰੂ 'ਚ ਇੰਡਸਟਰੀ 'ਚ ਪੈਰ ਰੱਖਿਆ ਸੀ ਉਹ ਕਹਿੰਦਾ ਜੇ ਇਹਦੇ ਚਿਹਰੇ ਚੂਹਰੇ ਨੂੰ ਕੁਛ ਹੋ ਜਾਂਦਾ ਤੇਰਾ ਤਾਂ ਗਿਆ ਦੀ ਕੰਮ ਉਹ ਚੀਜ਼ ਹੋ ਜਾਂਦੀ ਹੈ ਤੁਸੀਂ ਕਿੱਦਾਂ ਦੇਖਦੇ ਹੋ ਭਾਅ ਜੀ ਕਿ ਜਿਹੜੀ ਪੁਰਾਣੀ ਆਪਣੀ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਮੂਵੀਜ਼ ਆਉਂਦੀਆਂ ਸੀਗੀਆਂ ਹੁਣ ਇੱਕ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਨਾ ਪੰਜਾਬੀ ਇੰਡਸਟਰੀ ਦਾ ਮਤਲਬ ਕਿਤੇ ਆਪਾਂ ਜੇ ਗੱਲ ਕਰੀਏ ਤਾਂ ਹੋਲੀਵੁੱਡ ਨਾਲ ਵੀ ਆਪਾਂ ਗੱਲ ਕਰ ਲਈਏ ਕੰਪੇਅਰ ਕਰ ਸਕਦੇ ਹਾਂ ਕਿ ਉਹਨੂੰ ਵੀ ਟੱਕਰ ਦੇ ਰਿਹਾ ਤਾਂ ਕਿੱਦਾਂ ਦੇਖਦੇ ਹੋ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਲੈਵਲ 'ਤੇ ਜਾ ਸਕਦੀ ਪੰਜਾਬੀ ਇੰਡਸਟਰੀ ਹੌਲੀ ਹੌਲੀ ਹੁਣ ਬਹੁਤ ਸਾਰੇ ਚੀਜ਼ਾਂ ਕ੍ਰੀਏਟਿਵ ਹੋਣ ਲੱਗ ਗਈਆਂ ਵੀ ਡਾਇਰੈਕਟਰਸ ਕ੍ਰੀਏਟਿਵ ਹੋਣ ਲੱਗ ਗਏ ਰਾਈਟਰਸ ਮਤਲਬ ਐਕਟਿੰਗ ਦੇ ਵਿੱਚ ਵੀ ਕਿੰਨੀ ਵੈਸੇ ਤੁਸੀਂ ਪਹਿਲਾਂ ਜਦੋਂ VCR ਟਾਈਮ ਸੀ ਜਿਵੇਂ ਗੋਗੂ ਗਿੱਲ ਉਹਨਾਂ ਦੇ ਟਾਈਮ ਦੀਆਂ ਫਿਲਮਾਂ ਉਦੋਂ ਤਾਂ ਡਾਇਲੋਗ ਡਿਲੀਵਰੀ ਹੋਰ ਤਰ੍ਹਾਂ ਦੀ ਸੀ ਫਿਰ ਉਦੋਂ ਬਾਅਦ ਕਾਫੀ ਵਿੱਚ ਗੈਪ ਪਿਆ ਪੰਜਾਬੀ ਸਿਨੇਮਾ ਲੋਪ ਹੋ ਗਏ ਸੀ ਫਿਰ ਹਰਭਜਨ ਮਾਨ ਉਹਨਾਂ ਨੇ ਫਿਲਮਾਂ ਕੱਢੀਆਂ ਉਹ ਥੋੜ੍ਹਾ ਜਿਹਾ ਹੋਰ ਦੌਰ ਚੱਲ ਪਿਆ ਫਿਰ ਅੰਗਰੇਜ਼ ਅਤੇ ਇਹ ਚੀਜ਼ਾਂ ਮਤਲਬ ਅੱਜ ਜੋ ਚੱਲ ਰਿਹਾ ਸ਼ਾਇਦ 10 ਸਾਲਾਂ ਨੂੰ ਕੁਛ ਹੋਰ ਹੋਊਗਾ ਇਹ ਅਪਡੇਟ ਹੁੰਦੇ ਰਹਿੰਦੇ ਨੇ ਅਤੇ ਐਕਸਪੈਰੀਮੈਂਟ ਜਾਂ ਕ੍ਰੀਏਟੀਵਿਟੀਆਂ ਹੁਣ ਬਹੁਤ ਹੋਣ ਲੱਗ ਗਈਆਂ ਆਪਣੇ ਪੰਜਾਬੀ ਸਿਨੇਮਾ 'ਚ ਪਲੈਟਫਾਰਮ ਕਿੰਨੇ ਵੱਧ ਗਏ OTT ਆ ਗਏ ਅਤੇ ਸਾਰੇ ਤਰ੍ਹਾਂ ਦੇ ਸਬਜੈਕਟਾਂ 'ਤੇ ਵੀ ਕੰਮ ਹੋਣ ਲੱਗ ਗਿਆ ਤਾਂ ਆਡੀਅੰਸ ਉਸ ਚੀਜ਼ ਨੂੰ ਕੰਪੈਰੀਜ਼ਨ ਵੀ ਕਰਦੀ ਵੀ ਜਿਵੇਂ ਆਪਾਂ ਨੈੱਟਫਲਿਕਸ 'ਤੇ ਵੀ ਦੇਖਦੇ ਹਾਂ ਤਾਂ ਕੰਪੈਰੀਜ਼ਨ ਤਾਂ ਪਰ ਥੋੜ੍ਹਾ ਜਿਹਾ ਹਜੇ ਉਹੀ ਕਹਿਣਾ ਵੀ ਸ਼ੁਰੂਆਤ ਹੀ ਹੋਈ ਹੈ ਉਵੇਂ ਵੱਡੇ ਪੱਧਰ 'ਤੇ ਹਜੇ ਹੋਊਗਾ ਤਾਂ ਉਮੀਦ ਹੈ ਪੰਜਾਬੀ ਇੰਡਸਟਰੀ ਵੀ ਆਪਣੀ ਸਾਊਥ ਨੂੰ ਤਾਂ ਟੱਕਰ ਲੱਗ ਗਈ ਦੇਣ ਬੋਲੀਵੁੱਡ ਨੂੰ ਤਾਂ ਟੱਟ ਕਰੋਸ ਕਰ ਗਈ ਜਿਵੇਂ ਹੁਣ ਆਪਾਂ ਬੋਲੀਵੁੱਡ ਵਾਲੇ ਪਹਿਲਾਂ ਇਹ ਤੋਂ ਡਰਦੇ ਸੀ ਆਪਣੇ ਸਾਊਥ ਵਾਲੇ ਤੋਂ ਹੁਣ ਪੰਜਾਬੀ ਵਾਲੇ ਤੋਂ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਪੈ ਗਿਆ ਪੈ ਜਾ ਵੀ ਫਲਾਣੀ ਪੰਜਾਬੀ ਫਿਲਮ ਲੱਗੀ ਹੈ ਆਪਾਂ ਡੇਟਾਂ ਉਹਨਾਂ ਆਪਣਾ ਕਰ ਲਈਏ ਹੁਣ ਵਧੀਆ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਸਰ ਸੋ 27 ਅਕਤੂਬਰ ਨੂੰ ਮੂਵੀ ਆ ਰਹੀ ਹੈ ਤਾਂ ਕੀ ਇੱਕ ਵਾਰੀ ਲੋਕਾਂ ਨੂੰ ਜਿਹੜਾ ਤੁਸੀਂ ਅਪੀਲ ਕਰਨਾ ਚਾਹੋਗੇ ਬਸ 27 ਅਕਤੂਬਰ ਨੂੰ ਫਿਲਮ ਆ ਰਹੀ ਹੈ ਜੀ ਅਤੇ ਸਾਰੇ ਜਣੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖਿਓ ਅਤੇ ਤੁਸੀਂ ਆਪਣੀ ਇਹ ਇੱਕ ਫਿਲਮ ਨਹੀਂ ਹੈਗੀ ਤੁਸੀਂ ਆਪਣੀ ਰੀਅਲ ਆਲੇ ਦੁਆਲੇ ਦੀਆਂ ਤੁਸੀਂ ਫਿਲਮ ਨਾਲ ਇੰਨਾ ਕਨੈਕਟ ਹੋ ਜਾਓਗੇ ਕਿ ਤੁਹਾਨੂੰ ਪਤਾ ਹੀ ਲੱਗਣਾ ਫਿਲਮ ਦੇਖ ਰਹੇ ਹੋ ਅਤੇ ਸ਼ਾਇਦ ਤੁਸੀਂ ਇੰਟਰਵਲ ਨੂੰ ਵੀ ਨਾ ਡੀਕੋ ਵੀ ਇੰਟਰਵਲ ਤਾਂ ਹੋਵੇ ਹੀ ਨਾ ਅਤੇ ਅਸੀਂ ਸੀਰੀਅਸਲੀ ਮਤਲਬ ਬਹੁਤ ਘੈਂਟ ਇੱਕ ਸਬਜੈਕਟ ਹੈ ਤਾਂ ਆਪਣਾ
सीरीयसली एक समाज का प्रोपर एक इमेज तुम नज़र आऊगी फिल्म चो। 27 अक्टूबर तुम फिल्म देखो और नाल नाल मैं लगता हूँ कि सानू समझन की लोड़ है कि धरती के उपर जिहड़ियां बाकी चीज़ा बहुत महत्वपूर्ण ने मनदे आ सारे, बट सब तो वध जो महत्वपूर्ण है वह मनुखी जिंदगी है। ये जरूर ध्यान च रखो, जो ये सोच के समझ के तुसी जिंदगी जीवोंगे तो शायद साढ़े अंदर दे हंकार साढ़े अंदर दियाँ हीन भावनावान वो कितने ना कितने कटन गईं तो असं थोड़े सूखम होवोंगे तो चंगा समाज बन सकता है। थैंक यू। सो ये असी जिहड़ा है एक अहिजी मूवी नाल तुहानू जिहड़ा है इंट्रोड्यूस करवाया, मूवी के करैक्टर्स नाल इंट्रोड्यूस करवाया है कि तुहानू असल जिंदगी का जिहड़ा महत्व है पता लगेगा। बहुत लोग जिहड़े ने अपनी जिंदगी की वैल्यू जिहड़ी भुल बैठते हैं तो वह इधर उधर होर बड़े कामां च लग जाते हैं। तो जरूर 27 अक्टूबर मूवी देखियो, अपनी जिंदगी की जिहड़ी तुहानू वैल्यू है वह पता लगेगी। जिंदगी जिंदाबाद।